ਫੇਵਰ ਕੀਤੀ ਅਧਿਕਾਰੀਆਂ ਨੇ, ਇਹ ਸਾਰਾ ਮਸਲਾ ਹੈ। ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਦੀ ਐਮਪੀਸ਼ਿਪ ਰੱਦ ਹੋ ਜੇ? ਸਿਰਫ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਜ਼ਰ ਆਇਆ। ਦੇਸ਼ ਦੀਆਂ 543 ਸੀਟਾਂ ਜੇ ਮੈਂ ਭੁੱਲਦਾ ਨਹੀਂ ਤੇ ਉਹਨਾਂ ਉੱਤੇ ਇਲੈਕਸ਼ਨ ਹੋਈ ਹੈ, ਕੀ ਸਾਰੀਆਂ ਉੱਤੇ ਇਹਨਾਂ ਨੇ ਸਰਵੇ ਕਰਕੇ ਹੋਰ ਪਟੀਸ਼ਨਾਂ ਪਾਉਣਗੇ ਜਾਂ ਨਹੀਂ ਪਾਉਣਗੇ? ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਜ਼ਿਆਦਾ ਦੂਰ ਨਾ ਜਾਈਏ, ਪੰਜਾਬ ਅਤੇ ਹਰਿਆਣਾ ਨੇੜੇ ਨੇੜੇ ਨੇ, ਇਸ ਨੇ ਚੰਡੀਗੜ੍ਹ, ਇੱਥੋਂ ਦੀਆਂ ਜਿਹੜੀਆਂ 24 ਸੀਟਾਂ ਬਣ ਜਾਂਦੀਆਂ। ਕੀ ਇਹ 24 ਸੀਟਾਂ ਦੇ ਉੱਤੇ ਇਹਨਾਂ ਨੇ ਸਰਵੇ ਕਰ ਲਿਆ? ਬੁੱਧੀ ਡੂਮਣੀ ਗਾਏ ਤਾਲਬੇ ਤਾਲ, ਉਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ, ਕੋਈ ਵਾਇਲੇਸ਼ਨ ਨਹੀਂ, ਕੋਈ ਕੁਛ ਨਹੀਂ। ਜੋ ਉਹ ਇੱਕ ਐਲੀਗੇਸ਼ਨ ਲਗਾਉਣਾ ਅਤੇ ਉਸਨੂੰ ਪ੍ਰੂਵ ਕਰਨਾ ਜਿਹੜਾ ਹੁੰਦਾ ਨਾ, ਉਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੁੰਦਾ। ਸਿਮਰਤੀ ਇਰਾਨੀ 1,67,000 ਦੇ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕਾਰਿਆਕਰਤਾ ਤੋਂ ਹਾਰ ਗਈ ਹੈ। ਸਭ ਤੋਂ ਵੱਡੀ ਜਿਹੜੀ ਹੈ ਹਾਰ ਉਹਦੀ ਸਿਮਰਤੀ ਇਰਾਨੀ ਦੀ ਹੋਈ ਹੈ। ਔਰ ਜਦੋਂ ਉਹਨੇ ਪੋਲੀਟਿਕਸ ਵਿੱਚ ਪੈਰ ਰੱਖਿਆ ਸੀ ਅਤੇ ਸਿਰ 'ਤੇ ਸਿਲੰਡਰ ਚੁੱਕ ਕੇ ਜਾਂ ਹੱਥ ਵਿੱਚ ਸਿਲੰਡਰ ਫੜ ਕੇ ਜਾਂ ਚੌਂਕਾਂ ਦੇ ਵਿੱਚ ਸਿਲੰਡਰ ਗੈਸ ਦਾ ਰੱਖ ਕੇ ਉਹ ਡਰਾਮੇ ਕਰਿਆ ਕਰਦੀ ਰਹੀ। ਅੰਮ੍ਰਿਤਪਾਲ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਆ, ਔਰ ਉਹਦੇ ਵਿੱਚ ਕਿਹਾ ਗਿਆ ਕਿ ਅੰਮ੍ਰਿਤਪਾਲ ਦੀ ਜਿਹੜੀ ਐਮਪੀਸ਼ਿਪ ਆ, ਜਿਹੜੇ ਪੱਖ ਨੇ, ਪਟੀਸ਼ਨ ਕਰਤਾ ਨੇ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਕਿ ਅੰਮ੍ਰਿਤਪਾਲ ਦੀ ਐਮਪੀਸ਼ਿਪ ਹੈ ਜਿਹੜੀ ਰੱਦ ਹੋਣੀ ਚਾਹੀਦੀ ਹੈ। ਕਈ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਨੇ ਕਿ ਜਿਹੜਾ ਏਜੰਸੀਆਂ ਜਾਂ ਸਰਕਾਰ ਆ ਅੰਮ੍ਰਿਤਪਾਲ ਦੀ ਫੇਵਰ ਕਰ ਰਹੇ ਨੇ, ਇਲੈਕਸ਼ਨ ਦੇ ਵਿੱਚ ਵੀ ਫੇਵਰ ਕੀਤੀ ਹੈ। ਤਾਂ ਪਟੀਸ਼ਨ ਦੇ ਵਿੱਚ ਕੀ ਕੁਝ ਖਾਸ ਰਹੇਗਾ? ਕੀ ਇਸ ਦੇ ਨਾਲ ਅੰਮ੍ਰਿਤਪਾਲ ਦੀ ਐਮਪੀਸ਼ਿਪ ਰੱਦ ਹੋ ਸਕਦੀ ਹੈ? ਕਾਨੂੰਨੀ ਤੌਰ 'ਤੇ ਕੀ ਇੱਦਾਂ ਹੋ ਸਕਦਾ? ਤਾਂ ਇਹ ਜਾਣਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਐਡਵੋਕੇਟ ਜਗਮੋਹਨ ਸਿੰਘ ਪੱਟੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਸ ਤਰ੍ਹਾਂ ਇਹ ਪਟੀਸ਼ਨ ਹੈ ਜਿਹੜੀ ਹਾਈਕੋਰਟ ਦੇ ਵਿੱਚ ਪਈ ਹੈ ਇੱਕ, ਕਿ ਫੇਵਰ ਕੀਤੀ ਅਧਿਕਾਰੀਆਂ ਨੇ, ਇਹ ਸਾਰਾ ਮਸਲਾ ਹੈ। ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਦੀ ਐਮਪੀਸ਼ਿਪ ਰੱਦ ਹੋ ਜੇ? ਜੋ ਇਹਨਾਂ ਨੇ ਪਟੀਸ਼ਨ ਪਾਈ ਹੈ, ਇਹ ਪਬਲਿਕ ਇੰਟਰਸਟ 'ਚ ਪਾਈ ਹੈ ਜਾਂ ਅਦਰਵਾਈਜ਼ ਪਾਈ ਹੈ? ਇਹ ਦੋ ਸਵਾਲ ਨੇ ਵੱਖਰੇ ਵੱਖਰੇ। ਜੇ ਪਬਲਿਕ ਇੰਟਰਸਟ 'ਚ ਪਾਈਏ ਤਾਂ ਇਸਦਾ ਮਤਲਬ ਇਹ ਹੈ ਕਿ ਪਬਲਿਕ ਇੰਟਰਸਟ ਦੇ ਵਿੱਚ ਪੈਰੀਮੀਟਰਸ ਜਿਹੜੇ ਹੈ ਪਰ ਹਾਈਕੋਰਟ ਰੂਲਸ ਐਂਡ ਆਰਡਰਸ ਐਂਡ ਨੋਰਮਸ ਜਿਹੜੇ ਹਾਈਕੋਰਟ ਨੇ ਤੈਅ ਕੀਤੇ ਹੋਏ ਨੇ, ਅਤੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਫੈਸਲੇ ਦਿੱਤੇ ਨੇ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਕਿਸ ਤਰ੍ਹਾਂ ਅਤੇ ਕਿਵੇਂ ਐਂਟਰਟੇਨੇਬਲ ਹੈ, ਇਹ ਜਿਹੜੀ ਸਕਰੂਟਨੀ ਦੇ ਵਿੱਚੋਂ ਨਿਕਲਦੀ ਹੈ ਜਾਂ ਨਹੀਂ ਨਿਕਲਦੀ, ਫਾਈਲ ਕਰਨਾ ਇੱਕ ਅਲੱਗ ਚੀਜ਼ ਹੈ, ਸਕਰੂਟਨੀ ਵਿੱਚੋਂ ਨਿਕਲਣਾ ਅਲੱਗ ਚੀਜ਼ ਹੈ, ਅਤੇ ਜੱਜ ਅੱਗੇ ਲਿਸਟ ਹੋਣ ਤੋਂ ਬਾਅਦ ਜਿਹੜੇ ਕੁਐਸਚਨਾਂ ਦੀ ਮਾਨਯੋਗ ਕੋਰਟ ਤੋਂ ਪਛਾੜ ਹੋਣੀ ਹੈ, ਉਹ ਇੱਕ ਅਲੱਗ ਚੀਜ਼ ਹੈ। ਇਹ ਤਿੰਨ ਡਿਫਰੈਂਟ ਸਟੇਜਿਸ ਨੇ ਜਿਨ੍ਹਾਂ ਨੂੰ ਇਹ ਪਾਰ ਕਰਨਾ ਪਏਗਾ। ਪਹਿਲੀ ਚੀਜ਼ ਇਹ ਹੈ ਕਿ ਇਹ ਜਨਾਬ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਉਹਨਾਂ ਦਾ ਲੋਕਲ ਸਟੈਂਡਿੰਗ ਕੀ ਹੈ? ਸਿਰਫ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਜ਼ਰ ਆਇਆ। ਦੇਸ਼ ਦੀਆਂ 543 ਸੀਟਾਂ ਜੇ ਮੈਂ ਭੁੱਲਦਾ ਨਹੀਂ ਅਤੇ ਉਹਨਾਂ ਉੱਤੇ ਇਲੈਕਸ਼ਨ ਹੋਈ ਹੈ, ਕੀ ਸਾਰੀਆਂ ਉੱਤੇ ਇਹਨਾਂ ਨੇ ਸਰਵੇ ਕਰਕੇ ਹੋਰ ਪਟੀਸ਼ਨਾਂ ਪਾਉਣਗੇ ਜਾਂ ਨਹੀਂ ਪਾਉਣਗੇ? ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਫਿਰ ਇੱਕ ਚੀਜ਼ ਹੋਰ ਹੈ ਕਿ ਇਹਨਾਂ ਦਾ ਕਿਸ ਤਰ੍ਹਾਂ ਅਤੇ ਕਿਵੇਂ ਅਤੇ ਕਿਸ ਹਿਸਾਬ ਨਾਲ ਜਿਹੜਾ ਇਹ ਜੋ ਐਲੀਗੇਸ਼ਨ ਲਗਾਉਣਾ ਚਾਹੁੰਦੇ ਨੇ ਜਾਂ ਲਗਾ ਰਹੇ ਨੇ, ਇਹਨਾਂ ਦੀ ਰੈਪ੍ਰਜੈਂਟੇਸ਼ਨ ਜਿਹੜੀ ਹੈ ਉਹ ਫੁਲਫਿਲ ਨਹੀਂ ਕਰਦੀ। ਜੇ ਉਹ ਫੁਲਫਿਲ ਨਹੀਂ ਕਰਦੀ, ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੀ, ਅਤੇ ਇਸਦਾ ਮਤਲਬ ਇਹ ਹੈ ਵੀ ਇਹ ਕਿਹਦੀ ਮਿਲੀ ਭੁਗਤ ਨਾਲ ਇਹ ਸਾਜਿਸ਼ ਰਚੀ ਗਈ ਹੈ, ਇਹ ਝੂਠੀ ਜਿਹੜੀ ਹੈ ਰੈਪੂਟੇਸ਼ਨ ਐਕਵਾਇਰ ਕਰਨ ਲਈ ਰਚੀ ਗਈ ਹੈ ਸਾਜਿਸ਼, ਜਾਂ ਇਹ ਕਿਸੇ ਦੇ ਹੱਥਾਂ ਦੇ ਵਿੱਚ ਖੇਡ ਕੇ ਰਚੀ ਗਈ ਹੈ? ਇਹ ਮਾਨਯੋਗ ਹਾਈਕੋਰਟ ਦੇ ਵੱਲੋਂ ਸਵਾਲ ਆ ਸਕਦਾ ਹੈ।
ਤੇ ਇਸ ਸਵਾਲ ਦਾ ਜਵਾਬ ਉਹ ਕਿਵੇਂ ਦਿੰਦੇ ਨੇ, ਇਹ ਆਉਣ ਵਾਲੇ ਦਿਨਾਂ ਹੀ ਪਤਾ ਲੱਗੇਗਾ ਜਦੋਂ ਇਹਦੀ ਪਟੀਸ਼ਨ ਦੀ ਲਿਸਟਿੰਗ ਹੋਏਗੀ। ਅਜੇ ਤਾਂ ਪਟੀਸ਼ਨ ਫਾਈਲ ਹੋਈ ਆ। ਦੂਜੀ ਚੀਜ਼ ਦੇ ਵਿੱਚ ਇਹ ਹੈ, ਜਦੋਂ ਇਲੈਕਸ਼ਨ ਕਮਿਸ਼ਨ ਹੈ, ਜਦੋਂ ਚੀਫ ਇਲੈਕਸ਼ਨ ਕਮਿਸ਼ਨ ਹੈ ਪੰਜਾਬ ਦਾ, ਕੀ ਉਹ ਇੰਨੇ ਕੁ ਜਿਹੜੇ ਨੇ ਸਮਝੇ ਗਏ ਨੇ ਕਿ ਉਹਨਾਂ ਨੇ ਕਾਨੂੰਨ ਦੀਆਂ ਤੱਜੀਆਂ ਉਡਾਉਣ ਦੇ ਵਿੱਚ ਜੋ ਇਹ ਐਲੀਗੇਸ਼ਨ ਲਗਾ ਰਹੇ ਨੇ, ਇਹ ਡੈਫਾਮੇਟਰੀ ਐਲੀਗੇਸ਼ਨ ਪ੍ਰੂਵ ਹੋਣਗੇ ਔਰ ਇਹਦੇ ਨਤੀਜੇ ਕੀ ਭੁਗਤਣੇ ਪੈਣਗੇ, ਇਹਨਾਂ ਨੂੰ ਇਹ ਪਤਾ ਹੈ ਜਾਂ ਨਹੀਂ ਪਤਾ ਜਨਾਬ ਨੂੰ? ਇਹ ਚੀਜ਼ ਦੇਖਣ ਵਾਲੀ ਇਹਦਾ ਮਤਲਬ ਜੇ ਜਿਹੜੇ ਸਵਾਲ ਉਹਨਾਂ ਨੇ ਇਲੈਕਸ਼ਨ ਆਫਿਸਰ 'ਤੇ ਉਠਾ ਰਹੇ ਨੇ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਉਠਾ ਰਹੇ ਨੇ, ਕੀ ਇਸ ਤਰ੍ਹਾਂ ਹੋ ਸਕਦਾ ਸੱਚ ਕਿ, ਕਿਉਂਕਿ ਅੰਮ੍ਰਿਤਪਾਲ ਨੂੰ ਤਾਂ ਅਸੀਂ ਵੀ ਅੱਜ ਉਹਨਾਂ ਨੂੰ ਸਵਾਲ ਕੀਤਾ ਕਿ ਇੱਕ ਬਹੁਮਤ ਮਿਲਿਆ ਬਹੁਤ ਲੋਕਾਂ ਦਾ, ਇੱਕ ਵੱਡਾ ਮਤ, ਸਾਰੇ ਪੰਜਾਬ ਤੋਂ ਵੱਧ ਵੋਟਾਂ ਪਈਆਂ ਨੇ? ਦੇਖੋ, ਇਹ ਬਹੁਮਤ ਮਿਲਿਆ ਉਹਨਾਂ ਨੂੰ, ਬੜੀਆਂ ਸੀਟਾਂ 'ਤੇ ਬਹੁਮਤ ਵੀ ਮਿਲਿਆ ਅਤੇ ਬੜੀਆਂ ਸੀਟਾਂ ਉੱਤੇ ਬਹੁਮਤ ਨਹੀਂ ਵੀ ਮਿਲਿਆ ਅਤੇ ਤਾਂ ਵੀ ਜਿੱਤ ਦਰਜ ਹੋਈ ਆ। ਕੀ ਇਹਨਾਂ ਨੇ 543 ਸੀਟਾਂ ਦਾ ਸਰਵੇ ਕਰ ਲਿਆ? ਜ਼ਿਆਦਾ ਦੂਰ ਨਾ ਜਾਈਏ, ਪੰਜਾਬ ਅਤੇ ਹਰਿਆਣਾ ਨੇੜੇ ਨੇੜੇ ਨੇ, ਸਨੇ ਚੰਡੀਗੜ੍ਹ, ਇੱਥੋਂ ਦੀਆਂ ਜਿਹੜੀਆਂ 24 ਸੀਟਾਂ ਬਣ ਜਾਂਦੀਆਂ। ਕੀ ਇਹ 24 ਸੀਟਾਂ ਦੇ ਉੱਤੇ ਇਹਨਾਂ ਨੇ ਸਰਵੇ ਕਰ ਲਿਆ? ਕਿੱਥੇ ਕਿੱਥੇ ਕੀ ਧਾਂਦਲੀ ਹੋਈ ਹੈ ਇਹਨਾਂ ਨੇ ਸਰਵੇ ਕਰ ਲਿਆ? ਜੇ ਇਹਨਾਂ ਦੀ ਰਿਪ੍ਰਜੈਂਟੇਸ਼ਨ ਜਿਹੜੀ ਮੇਰੇ ਕੋਲ ਹੈ, ਮੈਂ ਜਿਹਨੂੰ ਪੜ੍ਹਿਆ, ਜਿਹਨੂੰ ਸਮਝਿਆ ਅਤੇ ਵਿਚਾਰਿਆ, ਉਹਦੇ ਵਿੱਚ ਇਹ ਗੱਲ ਸਾਫ਼ ਅਤੇ ਸਪਸ਼ਟ ਤੌਰ 'ਤੇ ਨਜ਼ਰ ਆ ਰਹੀ ਹੈ, ਚਾਲੂ ਕੁੱਤੀ ਡੂਮਣੀ ਗਾਏ ਤਾਲਬੇ ਤਾਲ। ਉਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ, ਕੋਈ ਵਾਇਲੇਸ਼ਨ ਨਹੀਂ, ਕੋਈ ਕੁਛ ਨਹੀਂ। ਜੋ ਉਹ ਇੱਕ ਐਲੀਗੇਸ਼ਨ ਲਗਾਉਣਾ ਅਤੇ ਉਸਨੂੰ ਪ੍ਰੂਵ ਕਰਨਾ ਜਿਹੜਾ ਹੁੰਦਾ ਨਾ, ਉਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੁੰਦਾ। ਲੇਕਿਨ ਜਦੋਂ ਐਲੀਗੇਸ਼ਨ ਲਗਾਇਆ ਜਾਂਦਾ ਅਤੇ ਫਿਰ ਐਲੀਗੇਸ਼ਨ ਜੇ ਪ੍ਰੂਵ ਨਾ ਹੋ ਸਕੇ ਅਤੇ ਫਿਰ ਮਾਈਟ ਆਫ ਰੂਲ ਜਦੋਂ ਚੱਲਦਾ, ਲਾ ਦਾ ਜਦੋਂ ਡੰਡਾ ਚੱਲਦਾ ਅਤੇ ਫਿਰ ਉਹਦੀ ਆਵਾਜ਼ ਨਹੀਂ ਆਉਂਦੀ। ਇਹ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਤਫਸੀਲ ਨਾਲ ਗੱਲਬਾਤ ਹੋ ਸਕਦੀ ਹੈ। ਜੇ ਇਹਨਾਂ ਦੀ ਰਿਪ੍ਰਜੈਂਟੇਸ਼ਨ ਦੇਖੀ ਜਾਏ, ਜਿਹੜੀ ਇਹਨਾਂ ਨੇ ਆਪ ਨਹੀਂ ਲਿਖੀ, ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਇਹਦੀ ਵਰਡਿੰਗ ਕੀ ਹੈ, ਇਹ ਲੀਗਲੀ ਡਰਾਫਟਡ ਵਰਡਿੰਗ ਹੈ। ਜੇ ਇਹ ਲੀਗਲੀ ਡਰਾਫਟਡ ਵਰਡਿੰਗ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਲੇਕਿਨ ਜੋ ਮੇਰੀ ਸਮਝ ਵਿੱਚ ਆਈ ਹੈ ਉਹ ਲੀਗਲੀ ਡਰਾਫਟਡ ਹੈ। ਅਤੇ ਉਸ ਡਰਾਫਟਿੰਗ ਦੇ ਵਿੱਚੋਂ ਜੇ ਮਾਨਯੋਗ ਅਦਾਲਤ ਨੇ ਇਹ ਸਵਾਲ ਪੁੱਛ ਲਿਆ ਤਾਂ ਫਿਰ ਆਪਾਂ ਕਿੱਥੇ ਖੜ੍ਹੇ ਹਾਂ ਵੀ ਇਹਦੇ ਲਿਖਿਆ ਕੀ ਹੈ, ਇਹਦੇ ਵਿੱਚ ਵਾਇਲੇਸ਼ਨ ਕਿਹੜੀ ਤੁਸੀਂ ਸਪੈਸੀਫਾਈ ਕੀਤੀ ਹੈ, ਕਿਹੜੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗੱਲ ਹੈ, ਗਾਈਡਲਾਈਨ ਹੈ ਜਿਹੜੀ, ਉਹਨੂੰ ਤੁਸੀਂ ਸਪੈਸੀਫਾਈ ਕਰਕੇ ਆਪਣੀ ਰਿਪ੍ਰਜੈਂਟੇਸ਼ਨ ਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਇਹ ਵਾਇਲੇਸ਼ਨ ਹੋਈਆਂ, ਕਿਵੇਂ ਸਰਕਾਰ ਦੀ ਮਿਲੀ ਭੁਗਤ ਹੈ। ਇਹ ਮਾਨ ਸਰਕਾਰ ਦੇ ਉੱਤੇ ਵੀ ਐਲੀਗੇਸ਼ਨ ਹੈ ਬੜਾ ਵੱਡਾ। ਅਤੇ ਜੇ ਇਹ ਐਲੀਗੇਸ਼ਨ ਹੈ, ਇਹ ਦੇਖਣਾ ਪਏਗਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਕਿਵੇਂ ਕਾਊਂਟਰ ਕਰਦੀ ਆ। ਅੰਮ੍ਰਿਤਪਾਲ ਕਰਕੇ ਤੁਹਾਨੂੰ ਲੱਗ ਰਿਹਾ ਕਿ ਅੰਮ੍ਰਿਤਪਾਲ ਕਰਕੇ ਸਵਾਲ ਹੋ ਰਹੇ ਨੇ? ਕੋਈ ਪਹਿਲਾਂ ਵੀ ਨੌਜਵਾਨ ਕਹਿੰਦਾ ਕਿ ਮੈਂ ਡਿਬੇਟ ਲਈ ਚੈਲੰਜ ਕਰਦਾ, ਉਹ ਨਹੀਂ ਆਉਂਦੇ, ਮੇਰੇ ਸਵਾਲ ਨੇ ਕਿ ਇਸ ਪਰਸਨ ਨੂੰ ਲੈ ਕੇ, ਇੱਕ ਪਰਸਨ ਨੂੰ ਲੈ ਕੇ ਮਸਲਾ। ਜਿਸ ਨੌਜਵਾਨ ਨੇ ਉਹਨਾਂ ਨੂੰ ਕਿਹਾ ਵੀ ਡਿਬੇਟ ਲਈ ਨਹੀਂ ਆਉਂਦੇ, ਅਤੇ ਉਹਨੂੰ ਕਹੋ ਵੀ ਭਾਈ ਤੂੰ ਮੋਦੀ ਜੀ ਕੋਲ ਚੱਲ ਜਾ, ਉਹ ਤਾਂ ਕਿਤੇ ਪ੍ਰੈਸ ਕਾਨਫਰੰਸ ਵਿੱਚ ਵੀ ਨਹੀਂ ਆਉਂਦੇ। ਇਹ ਤਾਂ ਮਰਜ਼ੀ ਹੈ ਆਉਣ ਵਾਲੇ ਦੀ, ਸੱਦਣ ਵਾਲੇ ਬੜੇ ਨੇ,
ਸੱਦਾ ਦੇਣ ਵਾਲੇ ਬੜੇ ਨੇ, ਨਿਉਤਾ ਦੇਣ ਵਾਲੇ ਬੜੇ ਨੇ, ਤੇ ਨਿਉਤਾ ਅਸੈਪਟ ਕਰਨ ਵਾਲੇ ਨੇ ਇਹ ਦੇਖਣਾ ਵੀ ਇਹਦੇ ਅੱਲੇ ਪੱਲੇ ਕੀ ਆ। ਜਦੋਂ ਇਹ ਚੀਜ਼ ਹੈ, ਹਰ ਬੰਦਾ ਜਿਹੜੀ ਹੈ ਸਸਤੀ ਸ਼ੋਹਰਤ ਖੱਟਣ ਦੇ ਵੱਲ ਅੱਜ ਕੱਲ੍ਹ ਤੁਰ ਪਿਆ, ਕਿਉਂਕਿ ਰਾਜਨੀਤੀ ਇੱਕ ਐਸੇ ਪਿੜ ਦੇ ਵਿੱਚ ਖਲੋ ਗਈ ਹੈ ਜਾ ਕੇ ਜਿੱਥੇ ਇਹ ਗੱਲ ਸਾਫ਼ ਤੇ ਸਪੱਸ਼ਟ ਤੌਰ 'ਤੇ ਉੱਗੜ ਕੇ ਨਜ਼ਰ ਆ ਰਹੀ ਹੈ ਕਿ ਜਿਨ੍ਹਾਂ ਨੇ ਰਾਜਨੀਤੀਆਂ ਕੀਤੀਆਂ, ਜ਼ਿਆਦਾ ਦੂਰ ਨਾ ਜਾਓ, ਅਮੇਠੀ ਦੇ ਵਿੱਚ ਸਿਮਰਤੀ ਇਰਾਨੀ 1,67,000 ਦੇ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕਾਰਿਆਕਰਤਾ ਤੋਂ ਹਾਰ ਗਈ ਹੈ। ਸਭ ਤੋਂ ਵੱਡੀ ਜਿਹੜੀ ਹੈ ਹਾਰ ਉਹਦੀ ਸਿਮਰਤੀ ਇਰਾਨੀ ਦੀ ਹੋਈ ਹੈ। ਔਰ ਜਦੋਂ ਉਹਨੇ ਪੋਲੀਟਿਕਸ ਵਿੱਚ ਪੈਰ ਰੱਖਿਆ ਸੀ ਤੇ ਸਿਰ ਤੇ ਸਿਲੰਡਰ ਚੁੱਕ ਕੇ ਜਾਂ ਹੱਥ ਵਿੱਚ ਸਿਲੰਡਰ ਫੜ ਕੇ ਜਾਂ ਚੌਂਕਾਂ ਦੇ ਵਿੱਚ ਸਿਲੰਡਰ ਗੈਸ ਦਾ ਰੱਖ ਕੇ ਉਹ ਡਰਾਮੇ ਕਰਿਆ ਕਰਦੀ ਸੀ, ਤੇ ਉਹਨੂੰ ਮਾਇਲੇਜ ਮਿਲ ਗਈ ਕਿ ਇਹਨਾਂ ਲੋਕਾਂ ਨੇ ਜਿਹੜੀ ਹੈ ਰਾਜਨੀਤੀ ਦੇ ਪਿੜ ਵਿੱਚ ਪੈਰ ਰੱਖਣਾ, ਕਿਹੜੀ ਮਾਇਲੇਜ ਲੈਣੀ ਹੈ, ਕੀ ਲੈਣੀ ਹੈ, ਇਹਨਾਂ ਨੂੰ ਦੱਸਣਾ ਪਏਗਾ। ਆਪਣੇ ਕ੍ਰੀਡੈਂਸ਼ੀਅਲਸ ਪਹਿਲੇ ਇਹਨਾਂ ਨੂੰ ਜਸਟੀਫਾਈ ਕਰਨੇ ਪੈਣਗੇ ਜਦੋਂ ਇਹ ਰਿੱਟ ਜਿਹੜੀ ਹੈ ਲੱਗੇਗੀ। ਪਹਿਲੇ ਤਾਂ ਪਾਸ ਹੋਣ ਦੀ ਗੱਲ ਹੈ, ਜਦੋਂ ਲੱਗੇਗੀ ਉਹ ਅਲੱਗ ਚੀਜ਼ ਹੋਏਗੀ, ਲੇਕਿਨ ਇਹ ਪੜਾਅ ਜਿਹੜੇ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਇਹ ਚੀਜ਼ ਦੱਸਣੀ ਪਏਗੀ, ਸਪੈਸੀਫਾਈ ਕਰਨੀ ਪਏਗੀ। ਜੇ ਨਹੀਂ ਕਰ ਸਕੇ ਤੇ ਰਿੱਟ ਸਕਰੂਟਨੀ ਦੇ ਵਿੱਚੋਂ ਹੀ ਨਹੀਂ ਨਿਕਲਣੀ, ਪਾਸ ਹੀ ਨਹੀਂ ਹੋਣੀ, ਬੈਂਚ ਕੋਲ ਹੀ ਨਹੀਂ ਜਾਣੀ। ਔਰ ਕੀ ਇਸ ਤਰ੍ਹਾਂ ਨਾਲ ਐਮਪੀਸ਼ਿਪ ਪ੍ਰਭਾਵਿਤ ਹੋ ਸਕਦੀ ਹੈ ਇਸ ਤਰ੍ਹਾਂ ਦੀ? ਪਹਿਲੀ ਗੱਲ ਤਾਂ ਐਲੀਗੇਸ਼ਨ ਪ੍ਰੂਵ ਹੋਣਾ ਹੀ ਵੱਡੀ ਗੱਲ ਹੈਗੀ ਆ ਜੇ ਕੋਈ ਅਲੀਗ ਕਰ ਰਿਹਾ ਤਾਂ, ਪਰ ਕੀ ਇਸ ਤਰ੍ਹਾਂ ਨਾਲ ਐਮਪੀਸ਼ਿਪ ਜਿਹੜਾ ਸੌਂ ਚੁੱਕੀ ਹੈ ਹੁਣ? ਇਹ ਕਿਸੇ ਵੀ ਤਰ੍ਹਾਂ ਇਹ ਚੀਜ਼ ਪ੍ਰਭਾਵਿਤ ਨਹੀਂ ਹੋਏਗੀ, ਕਿਉਂਕਿ ਚੀਜ਼ ਵੇਰੀਫਾਈ ਹੋਈ ਹੈ। ਇਹ ਹੁਣ ਕਹਿੰਦੇ ਨੇ ਕਿ ਉਹਨਾਂ ਨੇ ਆ ਕੇ ਜਿਹੜੇ ਹੈ ਜਿਹੜਾ ਆਫਿਸਰ ਸੀ ਉਹਦੇ ਸਾਹਮਣੇ ਸਾਈਨ ਨਹੀਂ ਕੀਤੇ। ਸਾਰੀ ਦੁਨੀਆ ਨੂੰ ਪਤਾ ਹੈ ਸਨੇ ਇਹਨਾਂ ਸਾਹਿਬਾਂ ਦੇ ਕਿ ਉਹ ਡਿਬੜੂਗੜ੍ਹ ਜੇਲ੍ਹ ਵਿੱਚ ਨੇ, ਅਤੇ ਇਹ ਪਰਮਿਸ਼ਨ ਆਈ ਜਾਂ ਕੀ ਹੈ ਕੀ ਨਹੀਂ, ਇਹਦੀ ਇਹਨਾਂ ਨੇ ਛਾਨਬੀਨ ਕੀਤੀ, ਘੋਖ ਕੀਤੀ, ਇਹਦੇ ਉੱਤੇ ਰਿਪ੍ਰੈਜੈਂਟੇਸ਼ਨ ਦੇ ਵਿੱਚ ਇੱਕ ਅੱਖਰ ਵੀ ਨਹੀਂ ਬੋਲਿਆ, ਮੈਨੂੰ ਤਾਂ ਨਜ਼ਰ ਨਹੀਂ ਆਇਆ ਜੇ ਬੋਲਿਆ ਹੋਏ। ਅਤੇ ਜੇ ਇਹਨਾਂ ਨੂੰ ਦੱਸਣਾ ਪੈ ਗਿਆ ਕੋਰਟ ਨੂੰ, ਤਾਂ ਦੇਖਦੇ ਹਾਂ ਇਹ ਕਿਸ ਹਿਸਾਬ ਨਾਲ ਦੱਸਦੇ ਨੇ, ਕਿਸ ਹਿਸਾਬ ਨਾਲ ਕਰਦੇ ਨੇ। ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਕਾਨੂੰਨ ਦੇ ਮੁਤਾਬਕ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ, ਲੇਕਿਨ ਕੋਰਟ ਦੀਆਂ ਜਿਹੜੀਆਂ ਪਾਬੰਦੀਆਂ PIL ਦੇ ਉੱਤੇ ਰੂਲ ਜਿਹੜੇ ਹੈ ਬਣਾਏ ਹੈ ਮਾਨਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ਨੇ, ਬਈ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ, ਦੱਸਣੀਆਂ ਪੈਣਗੀਆਂ, ਆਪਣੇ ਕ੍ਰੀਡੈਂਸ਼ੀਅਲ ਦੱਸਣੇ ਪੈਣਗੇ, ਲੋਕਲ ਸਟੈਂਡਰਡ ਦੱਸਣੀ ਪਏਗੀ ਵੀ ਜਨਾਬ ਤੁਸੀਂ ਕਿਸ ਹਸੀਅਤ 'ਚ ਆ ਰਹੇ ਹੋ। ਅਤੇ ਜੇ ਉਹ ਹਸੀਅਤ ਹੀ ਨਾ ਕਲੀਅਰ ਕਰ ਸਕੇ ਤਾਂ ਇਹ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਐਜ ਏ ਮੈਂਬਰ ਪਾਰਲੀਮੈਂਟ ਦੀ ਹਸੀਅਤ ਹੈ ਉਹਨੂੰ ਕਿਵੇਂ ਚੈਲੇਂਜ ਕਰਨਗੇ? ਡਿਬਰੂਗੜ੍ਹ ਰੱਖਿਆ ਹੋਇਆ, ਦੂਜੇ ਮੁਕੱਦਮੇ ਦੀ ਜਿਹੜੀ ਪੁੱਛਗਿੱਛ ਹੀ ਨਹੀਂ ਹੋ ਰਹੀ। ਰਾਜਨੀਤੀ ਸਾਡੀ ਜਿਹੜੀ ਹੈ ਕਿਸ ਪਿੜ ਤੇ ਖਲੋਤੀ ਹੈ ਸਾਰੀ ਦੁਨੀਆ ਨੂੰ ਪਤਾ ਹੈ। ਮੋਦੀ ਜੀ ਦਾ $5 trillion ਇਕਨੋਮੀ ਦਾ ਸਲੋਗਨ ਜਿਹੜਾ ਹੈ ਇਸੇ ਲਈ ਫੇਲ ਹੋ ਰਿਹਾ। ਮੈਂ ਪਿੱਛੇ ਜਿਹਾ ਦੇਖ ਰਿਹਾ ਸਾਂ ਕਿ ਇੰਡੀਆ ਜਿਹੜਾ 4th ਕੰਟਰੀ ਹੈ ਵਰਲਡ ਦਾ ਜਿਹਦੇ ਵਿੱਚ ਕ੍ਰਾਈਮ ਅਗੇਂਸਟ ਵਿਮੈਨ ਜਿਹੜਾ ਟੌਪ 'ਤੇ ਆ।
ਜਿਹੜੀ ਵੀ ਜੋ ਵੀ ਗੱਲ ਹੁੰਦੀ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਮੁਤਾਬਕ ਹੁੰਦੀ ਹੈ, ਉਸ ਦੇ ਮੁਤਾਬਕ ਲੋਕ ਜਾ ਕੇ ਵਸਣਾ, ਲੋਕ ਜਾ ਕੇ ਹੱਸਣਾ, ਲੋਕ ਜਾ ਕੇ ਰੋਣਾ, ਲੋਕ ਜਾ ਕੇ ਕੰਮ ਕਰਨਾ, ਲੋਕ ਜਾ ਕੇ ਇਨਵੈਸਟਮੈਂਟ ਕਰਨਾ ਸੋਚਦੇ ਨੇ। ਜੇ ਉਹਨਾਂ ਦਾ ਪਰਿਵਾਰ ਹੀ ਨਹੀਂ ਸੁਰੱਖਿਅਤ ਤਾਂ ਉਹ ਕਿਤੇ ਇਨਵੈਸਟਮੈਂਟ ਕਰਨਗੇ।